ਸਤ ਸ੍ਰੀ ਅਕਾਲ ਦੋਸਤੋ 1 ਵਜੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਈਆਂ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਹੁਣ 9 ਜਨਵਰੀ ਨੂੰ ਲੱਗਣਗੇ ਪੰਜਾਬ ਦੇ ਸਕੂਲ ਠੰਡ ਅਤੇ ਧੁੰਦ ਕਾਰਨ ਸਰਕਾਰ ਨੇ ਛੁੱਟੀਆਂ 'ਚ 8 ਜਨਵਰੀ ਤੱਕ ਕੀਤਾ ਵਾਅਦਾ ਸਾਲ ਦੇ ਪਹਿਲੇ ਦਿਨ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦਾ ਵੱਡਾ ਤੋਹਫਾ ਸ਼ੁਰੂ ਕੀਤੀ ਇਹ ਸਕੀਮ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 60 ਲੱਖ ਦੇ ਖਾਣੇ ਬਾਰੇ ਵੀਡੀਓ ਸਾਂਝੇ ਕਰਕੇ ਦਿੱਤਾ ਇਹ ਜਵਾਬ ਨਵੇਂ ਸਾਲ ਮੌਕੇ ਸ਼੍ਰੀ ਦਰਬਾਰ ਸਾਹਿਬ 'ਚ ਵੱਡੀ ਘਟਨਾ ਖੁਦ ਨੂੰ ਵਕੀਲ ਦੱਸਣ ਵਾਲੇ ਦੀ ਕਰਤੂਤ ਨੇ ਉਡਾਏ ਹੋਸ਼ ਸਿੱਖਿਆ ਵਿਭਾਗ ਪੰਜਾਬ ਨੇ ਲੈਕਚਰਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਤਰੀਕ ਦਾ ਕੀਤਾ ਐਲਾਨ ਨਵੇਂ ਸਾਲ ਤੇ ਮਾਨ ਸਰਕਾਰ ਦੇ ਸਕਦੀ ਹੈ ਤੋਹਫਾ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਲੱਗਾ ਵੱਡਾ ਝਟਕਾ ਗੈਸ ਸਿਲੰਡਰ 25 ਰੁਪਏ ਮਹਿੰਗਾ ਕੈਨੇਡਾ ਤੇ ਭਾਰਤ ਸਣੇ ਕਈ ਮੁਲਕਾਂ ਨੇ ਚੁੱਕਿਆ ਅਹਿਮ ਕਦਮ ਅਨੁਕਾਰਕਾਰ ਐਲਨ ਮਸਕ 200 ਬਿਲੀਅਨ ਡਾਲਰ ਗਵਾਉਣ ਵਾਲੇ ਬੜੇ ਦੁਨੀਆ ਦੇ ਪਹਿਲੇ ਅਰਬਪਤੀ ਲਤੀਫਪੁਰਾ ਮਰਵ ਸੇਵਾ ਕਮੇਟੀ ਵੱਲੋਂ ਧਰਨਾ ਖਤਮ ਕਰ ਕੀਤਾ ਇਹ ਵੱਡਾ ਐਲਾਨ ਬਾਦਲਾ ਅਤੇ ਢੀਂਸਾ ਪਰਿਵਾਰ ਨੇ ਮਿਲੀ ਭੁਗਤ ਨਾਲ ਸੰਗਰੂਰ ਮੈਡੀਕਲ ਕਾਲਜ ਦੇ ਕਾਰਜ ਅੜਿੱਕਾ ਟਾਹਿਆ ਹੋਇਆ ਮਾਨ ਕੇਂਦਰੀ ਕਰਮਚਾਰੀਆਂ ਲਈ ਨਵੇਂ ਸਾਲ 'ਚ ਆ ਗਈ ਖੁਸ਼ਖਬਰੀ 1 ਜਨਵਰੀ ਤੋਂ ਡੀਏ ਚ ਹੋਵੇਗਾ ਇਹਨਾਂ ਵਾਦਾ ਤਾਂ ਦੋਸਤੋ ਇਸ ਜਮੀ ਆਪਣੀ ਇਸ ਵੇਲੇ ਦੀਆਂ ਚੋਣਵੀਂ ਖਬਰਾਂ ਹੁਣ ਗੱਲਬਾਤ ਕਰਦੇ ਆ ਜਿਹਨਾਂ ਖਬਰਾਂ ਦੇ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਹੁਣੇ 9 ਜਨਵਰੀ ਨੂੰ ਲੱਗਣਗੇ ਪੰਜਾਬ ਦੇ ਸਕੂਲ ਠੰਡ ਅਤੇ ਤੁੰਦ ਕਾਰਨ ਸਰਕਾਰ ਨੇ ਛੁੱਟੀਆਂ 'ਚ 8 ਜਨਵਰੀ ਤੱਕ ਕੀਤਾ ਵਾਦਾ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 8 ਜਨਵਰੀ 2023 ਤੱਕ ਵਧਾ ਦਿੱਤੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ ਪਹਿਲਾ ਐਲਾਨ ਦੇ ਅਨੁਸਾਰ 2 ਜਨਵਰੀ ਨੂੰ ਨਹੀਂ ਖੁੱਲਣ ਸਨ ਪਰੰਤੂ ਹੁਣ ਸਕੂਲ 9 ਜਨਵਰੀ 2023 ਨੂੰ ਖੁੱਲਣਗੇ ਜੇਕਰ ਹੋ ਗਿਆ ਕਿ ਸਿੱਖਿਆ ਭਗ ਵੱਲੋਂ ਪਹਿਲਾ ਪੰਜਾਬ ਦੇ ਸਾਰੇ ਸਕੂਲਾਂ ਵਿੱਚ 25 ਦਸੰਬਰ ਤੋਂ 1 ਜਨਵਰੀ ਤੱਕ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਮੌਸਮ ਦੇ ਖਰਾਬ ਹੋਣ ਦੇ ਮੱਦੇਨਜ਼ਰ ਇਹ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਸਾਲ ਦੇ ਪਹਿਲੇ ਦਿਨ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦਾ ਵੱਡਾ ਤੋਹਫਾ ਸ਼ੁਰੂ ਕੀਤੀ ਇਸ ਸਕੀਮ ਸੂਬੇ ਦੇ ਲੋਕਾਂ ਨੂੰ ਆ온ੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਨਵੇਕਲੀ ਪਹਿਲ ਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਸਬੰਧੀ ਨਵੇਂ ਸਾਲ ਤੋਂ ਆਰਜ਼ੀਆਂ ਸਬੰਧੀ ਸਮੁੱਚੀ ਪ੍ਰਕਿਰਿਆ ਪੋਰਟਲ ਤੇ ਸ਼ੁਰੂ ਕਰਕੇ ਇੱਕ ਵੱਡਾ ਉਦਮ ਕੀਤਾ ਗਿਆ ਆਸ਼ੀਰਵਾਦ ਸਕੀਮ ਨੂੰ ਹੋਰ ਸੁਖਾਲਾ ਅਤੇ ਪਾਰਦਰਸ਼ੀ ਢੰਗ ਨਾਲ ਲਗਭਗ ਕਰਲੇ 1 ਜਨਵਰੀ 2023 ਤੋਂ ਇਸ ਸਕੀਮ ਅਧੀਨ ਸਾਰੀਆਂ ਆਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ ਲਾਪਾਤਰੀ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ www.aashirwad.punjab .gov.in ਪੋਰਟਲ ਤੇ ਅਪਲਾਈ ਕਰ ਸਕਦਾ ਹੈ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦਾ ਵਿਦਿਅਕ ਸਮਾਜਿਕ ਅਤੇ ਆਰਥਿਕ ਵਾਖੂ ਵਕ ਸਕੀਮਾਂ ਲਾਗੂ ਕੀਤੀਆਂ ਗਈਆਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਆਸ਼ੀਰਵਾਦ ਯੋਜਨਾ ਤਹਿਤ ਅਨੁਸੂਚਿਤ ਜਾਤੀਆਂ ਦੇ 19646 ਲਾਭਪਾਤਰਿਆਂ ਨੂੰ ਅਤੇ ਬੱਚੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 12090 ਲਾਪਾਤਰੀਆਂ ਕੋਲ 3176 ਲਾਪਾਤਰੀਆਂ ਨੂੰ 161.61 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਚਾਰਜ ਸਿੰਘ ਚੰਨੀ ਨੇ 60 ਲੱਖ ਦੇ ਖਾਣੇ ਬਾਰੇ ਵੀਡੀਓ ਸਾਂਝੀ ਕਰਕੇ ਦਿੱਤਾ ਇਹ ਜਵਾਬ ਆ। ਸਾਬਕਾ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਦੇ ਸ਼ਾਹੀ ਖਾਣੇ ਬਾਰੇ ਆਰਟੀਆਈ ਵਿੱਚ ਵੱਡਾ ਖੁਲਾਸਾ ਹੋਣ ਦਾ ਦਾਵਾ ਕੀਤਾ ਗਿਆ ਹੈ। ਆਰਟੀਆ ਚ ਦਾਵਾ ਕੀਤਾ ਗਿਆ ਸੀ ਕਿ ਚੰਦਰ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਤੌਰ ਤੇ 3 ਮਹੀਨਿਆਂ ਚ ਖਾਣੇ ਤੇ 60 ਲੱਖ ਖਰਚ ਕੀਤੇ ਹਨ ਪੰਜਾਬ ਸਰਕਾਰ ਨੇ 3 ਮਹੀਨਿਆਂ ਤੇ ਸਾਬਕਾ ਸੀਐਮ ਚੰਨੀ ਦੇ ਭੋਜਨ ਤੇ 60 ਲੱਖ ਕੀ ਖਰਚ ਕੀਤੇ ਹਨ ਹੁਣ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਨੇ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਪਾ ਕੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ ਉਹਨਾਂ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਕਿ ਮੁੱਖ ਮੰਤਰੀ ਦੀ ਹਾਇਸ਼ ਉਤੇ ਟੈਂਟ ਲਾ ਕੇ ਸਵੇਰੇ ਦੁਪਹਿਰ ਅਤੇ ਰਾਤ ਨੂੰ ਇਸੇ ਤਰ੍ਹਾਂ ਖਿਲਾਇਆ ਜਾਂਦਾ ਸੀ ਲੋਕਾਂ ਨੂੰ ਖਾਣਾ ਹੁਣ ਸਚਾਈ ਨੂੰ ਤੋੜ ਮਰੋੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਮੀਡੀਆ ਤੇ ਦਿਖਾਈ ਜਾ ਰਹੀ ਆਰਟੀਆਈ ਵਿੱਚ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਪੂਰੇ ਸਾਲ ਦਾ ਖਰਚਾ ਮੇਰੇ ਖਾਤੇ ਵਿੱਚ ਹੀ ਦਿਖਾਇਆ ਜਾ ਰਿਹਾ ਪਰ ਅੱਜ ਤੱਕ ਸ਼ਾਇਦ ਕਿਸੇ ਮੁੱਖ ਮੰਤਰੀ ਨੇ ਕਰਮਨ ਆ ਆਮ ਲੋਕ ਲੰਗਰ ਵਰਤਾਇਆ ਹੋਵੇ ਖਾਣੇ ਦਾ ਸਬੰਧ ਮੁੱਖ ਮੰਤਰੀ ਨਾਲ ਨਹੀਂ ਹੁੰਦਾ ਇਹ ਮੈਕਮੇ ਵੱਲੋਂ ਸਿੱਧਾ ਕੀਤਾ ਜਾਂਦਾ ਹੈ ਨਵੇਂ ਸਾਲ ਮੌਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਵੱਡੀ ਘਟਨਾ ਖੁਦ ਨੂੰ ਵਕੀਲ ਦੱਸਣ ਵਾਲੇ ਨੇ ਕਰਤੂਰ ਨੇ ਉਡਾਏ ਹੋਸ਼ ਸ਼੍ਰੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਤੈਨਾਤ ਸੇਵਾਦਾਰਾਂ ਦੇ ਮੁਸਤੈਦੀ ਕਾਰਨ ਕੱਲ ਬੇਅਦਬੀ ਦੀ ਇੱਕ ਕੋਸ਼ਿਸ਼ ناکਾਮ ਕਰ ਦਿੱਤੀ ਗਈ ਦਰਅਸਲ ਦੁਪਹਿਰ ਸਮੇਂ ਇੱਕ ਵਿਅਕਤੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼ਰਾਬ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਲਾਜ਼ਾ ਤੋਂ ਪਰਿਕਰਮਾ ਤੱਕ ਜਾਂਦੇ ਲਿਫਟ ਵਿੱਚ ਨਾਲ ਦੇ ਨਾਲ ਜਾ ਰਹੇ ਇੱਕ ਸੇਵਾਦਾਰ ਨੂੰ ਉਕਤ ਦੀ ਹਰਕਤ ਤੇ ਸ਼ੱਕ ਪਿਆ ਤੇ ਉਹਨੇ ਉਕਤ ਨੂੰ ਤੁਰੰਤ ਕਾਬੂ ਕਰ ਲਿਆ ਉਕਤ ਵਿਅਕਤੀ ਉਸ ਸਮੇਂ ਵੀ ਨਸ਼ੇ ਦੀ ਹਾਲਤ ਵਿੱਚ ਲੱ ਅਗਰੇ ਹਾਸੀ ਦੁਪਹਿਰ ਸਮੇਂ ਕਾਨਪੁਰ ਤੋ ਆਏ ਸੁਮਿਤ ਨਾਮਕ ਵਿਅਕਤੀ ਕੋਲ ਸ਼ਰਾਬ ਦਾ ਇੱਕ ਕੁਆਟਰ ਸੀ ਜੋ ਉਸਨੇ ਜੈਕਟ ਹੇਠ ਲੁਕਾਇਆ ਹੋਇਆ ਸੀ ਜਦੋਂ ਉਹ ਪਰਕਰਮ ਵਿੱਚ ਦਾਖਲ ਹੋਣ ਲਈ ਲਿਫਟ ਰਾਹੀ ਉਤਰਿਆ ਸੀ ਤਾਂ ਉਸ ਤੇ ਸ਼ੱਕ ਪੈ ਜਾਣ ਕਰਕੇ ਇੱਕ ਸੇਵਾਦਾਰ ਨੇ ਉਸਕੋ ਦੀ ਤਲਾਸ਼ੀ ਲਈ ਉਸ ਕੋਲੋਂ ਸ਼ਰਾਬ ਬਰਾਮਦ ਹੋ ਗਈ। ਇਹਦੀ ਸੂਚਨਾ ਤੁਰੰਤ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਨੂੰ ਦਿੱਤੀ ਗਈ ਜਿਨ੍ਹਾਂ ਦੇ ਹੁਕਮਾਂ ਤੇ ਇਸ ਵਿਅਕਤੀ ਨੂੰ ਗਲਿਆਰਾ ਚੌਕੀ ਵਿੱਚ ਐਸਐਚਓ ਪੰਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਸਾਕਤੀ ਨਾਲ ਪੁੱਛ ਕੇ ਚਕਰ ਤੇ ਉਸਨੇ ਦੱਸਿਆ ਕਿ ਕਾਰਪਰ ਦਾ ਰਹਿਣ ਵਾਲਾ ਤੇ ਪਰਿਵਾਰ ਨਾਲ ਸ਼੍ਰੀ ਦਰਬਾਸ਼ ਆਇਆ ਸੀ ਸ਼ਰਾਬ ਉਸਨੇ ਕਾਰ ਵਿੱਚ ਰੱਖੀ ਸੀ ਪਰ ਉਹ ਗਲਤੀ ਨਾਲ ਆਪਣੇ ਨਾਲ ਲੈ ਆਇਆ ਉਹ ਕਹਿੰਦਾ ਮੁਤਾਬਕ ਉਹ ਪੇਸ਼ੇਵਜੋ ਵਕੀਲ ਹੈ ਪੁਲਿਸ ਨੇ ਉਸ ਕੋਲੋਂ ਮੁਰਲੀ ਪੁੱਛ ਕੇ ਚਰਖਾ ਕਰਕੇ ਅਗਲੇਰੀ ਕਾਰਵਾਈ ਕਰਦਾ ਉਸ ਨੂੰ ਥਾਣਾ ਕੁਤਵਾਲੀ ਭੇਜ ਦਿੱਤਾ ਹੈ ਸਿੱਖਿਆ ਭਾਰ ਪੰਜਾਬ ਨੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਤਰੀਕ ਐਲਾਨੀ ਜਿहां ਦੋਸਤੋ ਸਿੱਖਿਆ ਭਾਗ ਦੇ ਲੈਕਚਰਾਰਾਂ ਦੀਆਂ 343 ਅਸਾਮੀਆਂ ਦੀ ਲਿਖਤੀ ਪ੍ਰੀਖਿਆ 19 ਅਤੇ 26 ਮਾਰਚ 2023 ਨੂੰ ਐਲਾਨ ਲੈ ਦਾ ਐਲਾਨ ਕੀਤਾ ਹੈ ਵੇਰਵੇ ਸਾਂਝੇ ਕਰਦਾ ਡਾਇਰੈਕਟਰ ਸਿੱਖਿਆ ਭਾਰਤੀ ਭਾਰਤੀ ਸੈੱਲ ਪੰਜਾਬ ਨੇ ਕਿਹਾ ਕਿ ਪ੍ਰੀਖਿਆ ਦਾ ਸਮਾਂ ਅਤੇ ਕੇਂਦਰਾਂ ਦੇ ਸਥਾਨ ਬਾਅਦ ਵਿੱਚ ਦੱਸੇ ਜਾਣਗੇ ਦੱਸਦੇ ਕਿ ਲੈਕਚਰਾਰਾਂ ਦੀਆਂ ਅਸਾਮੀਆਂ ਵਾਸਤੇ ਪਹਿਲਾ 16 ਦਸੰਬਰ 2022 ਨੂੰ ਅਤੇ ਬਾਅਦ ਵਿੱਚ ਦਫ਼ਤਰੀ ਵੈੱਬਸਾਈਟ ਤੇ ਵਿਸਤਾਰ ਇਸ਼ਤਿਹਾਰ ਅੱਜ ਜਾਰੀ ਕੀਤਾ ਗਿਆ ਸੀ ਨਵੇਂ ਸਾਲ ਤੇ ਮਾਨ ਸਰਕਾਰ ਦੇ ਸਕਦੀ ਹੈ ਤੋਹਫਾ ਮਤੋਂ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਮਾਨ ਸਰਕਾਰ ਨਵੇਂ ਸਾਲ ਮੌਕੇ ਪੰਜਾਬੀਆਂ ਨੂੰ ਕਈ ਤੋਹਫੇ ਦੇ ਸਕਦੇ ਉਸੇ ਤਰ੍ਹਾਂ ਪੰਜਾਬੀਆਂ ਨੂੰ ਸਰਕਾਰ ਤੋਂ ਕਈ ਉਮੀਦਾਂ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਹਾਲਾਂਕਿ ਸਰਕਾਰ ਪਹਿਲੇ ਸਾਲ 'ਚ ਇਹ ਦਾਅਵਾ ਪੂਰਾ ਨਹੀਂ ਕਰ ਸਕੀ ਪਰ 2023 'ਚ ਔਰਤਾਂ ਨੂੰ ਇਹ ਲਾਭ ਮਿਲਣ ਦੀ ਉਮੀਦ ਹੈ ਇਸ ਲਈ ਸਰਕਾਰ ਨੇ ਅੰਦਰੂਨੀ ਤੌਰ ਤੇ ਪੂਰੀ ਤਿਆਰੀ ਕਰ ਲਈ ਹੈ ਪੰਜਾਬ ਸਰਕਾਰ ਇਸ ਸਾਲ ਦੇ ਬਜਟ ਵਿੱਚ ਇਸ ਐਲਾਨ ਨੂੰ ਲਾਗੂ ਕਰ ਸਕਦੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਬਾਅਦ ਪੰਜਾਬ ਨੂੰ ਨਵੇਂ ਸਾਲ ਵਿੱਚ ਤੀਜਾ ਅੰਤਰਰਾਸ਼ਟਰੀ ਹਵਾਈ ਅੱਡਾ ਬਣਨ ਜਾ ਰਿਹਾ ਹੈ ਲੁਧਿਆਣਾ ਦੇ ਹਲਵਾਰਾ ਵਿਖੇ ਐਸਡੀਓ ਸਵਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਲੱਗਾ ਵੱਡਾ ਝਟਕਾ ਗੈਸ ਲੰਡਰ 25 ਰੁਪਏ ਮਹਿੰਗਾ ਜੀ ਹਾਂ ਦੋਸਤੋ ਕੱਲ੍ਹ ਤੋਂ ਨਵਾਂ ਸਾਲ 2023 ਸ਼ੁਰੂ ਹੋ ਗਿਆ ਨਵੇਂ ਸਾਲ ਦੇ ਨਾਲ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ ਸਰਕਾਰੀ ਤੇਲ ਕੰਪਨੀਆਂ ਨੇ 1 ਜਨਵਰੀ 2023 ਨੂੰ ਗੈਸ ਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਨੇ ਖਾਸ ਗੱਲ ਇਹ ਹੈ ਕਿ ਗੈਸ ਰਾਟਨ ਦੀ ਕੀਮਤ ਵਿੱਚ 25 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ ਧਿਆਨ ਦਿਓ ਕਿ ਗੱਲ ਇਹ ਹੈ ਕਿ ਇਹ ਵਾਅਦਾ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤਾ ਗਿਆ ਹੈ ਅਤੇ ਘਰੇਲੂ ਗੈਸ ਸਿਲੰਡਰ ਉਹਨਾਂ ਦੇ ਪੁਰਾਣੇ ਰੇਟਾਂ ਤੇ ਹੀ ਮਿਲ ਰਹੇ ਨੇ ਰਾਜਧਾਨੀ ਦਿੱਲੀ ਵਿੱਚ ਅੱਜ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਅਦਾ ਦਰਜ ਕੀਤਾ ਗਿਆ ਤਾਂ ਆਓ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੈਸ਼ ਚੈਰ ਵਿੱਚ ਕਿੰਨੇ ਦਾ ਸਿਲੰਡਰ ਮਿਲਦਾ ਹੈ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ 1 ਜਨਵਰੀ 2023 ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜਿਹੇ ਜਿ ਘਰੇਲੂ ਔਰਤਾਂ ਦਾ ਬਜਟ ਵਿਗੜਨ ਵਾਲਾ ਨਹੀਂ ਪਰ ਰੈਸਟੋਰੈਂਟਾਂ ਹੋਟਲ ਆਦਿ ਚ ਖਾਣਾ ਮਹਿੰਗਾ ਹੋ ਸਕਦਾ ਕਿਉਂਕਿ ਕਮਰਸ਼ੀਅਲ ਗੈਸ ਸਿਲੰਡਰ ਮਹਿੰਗੇ ਹੋ ਗਏ ਨੇ ਦਿੱਲੀ ਵਿੱਚ ਜਿਹੜਾ ਇਹ ਸਿਲੰਡਰ ਹੈਗਾ ਜੀ 1769 ਰੁਪਏ ਦਾ ਮੁੰਬਈ ਚ 1721 ਰੁਪਏ ਦਾ ਕੋਲਕਾਤਾ ਚ 1870 ਰੁਪਏ ਦਾ ਤੇਨਈ ਚ 1917 ਰੁਪਏ ਦਾ ਕੈਨੇਡਾ ਦੇ ਬਾਤ ਸਣੇ ਕਈ ਮੁਲਕਾਂ ਨੇ ਚੁੱਕਿਆ ਅਹਿਮ ਕਦਮ ਜਿਹਾ ਦੋਸਤੋ ਚੀਨ ਵਿੱਚ ਕਰੋਨਾ ਕੇਸਾਂ ਵਿੱਚ ਤੇਜ਼ ਵਾਧੇ ਕਾਰਨ ਕੈਨੇਡਾ ਭਾਰਤ ਤੇ ਆਸਟ੍ਰੇਲੀਆ ਸਣੇ ਕਈ ਮੁਲਕ ਚੌਕਸ ਹੋ ਗਏ ਨੇ ਇਸ ਦੇ ਚੱਲਦਿਆਂ ਇਹਨਾਂ ਦੇਸ਼ਾਂ ਤੋਂ ਇਹਨਾਂ ਦੇਸ਼ਾਂ ਨੇ ਹੁਣ ਚੀਨ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਨਵੇਂ ਨਿਰਦੇਸ਼ਾਂ ਮੁਤਾਬਕ ਕਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣ ਵਾਲੇ ਯਾਤਰੀ ਹੀ ਕੈਨੇਡਾ ਦੇ ਭਾਰਤ ਜਾ ਜਹਾਜ਼ ਚੜ੍ਹ ਸਕਦੇ ਨੇ ਕੈਨੇਡਾ ਨੇ ਫਲਾਈਟ ਤੋਂ 2 ਦਿਨ ਪੁਰਾਣੀ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਭਾਰਤ ਤੇ ਚੀਨ ਸਣੇ 6 ਮੁਲਕਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਤੋਂ ਅੱਜ ਤੋਂ ਕਰੋਨਾ ਦੇ ਦੀ ਰਿਪੋਰਟ ਲਾਜ਼ਮੀ ਹੋ ਗਈ ਹੈ ਅਨੋਖਾ ریکارڈ ਐਲਨ ਮਸਕ 200 ਬਿਲੀਅਨ ਡਾਲਰ ਗਵਾਉਣ ਵਾਲੇ ਬڑے ਦੁਨੀਆ ਦੇ ਪਹਿਲੇ ਅਰਬਪਤੀ ਟੈਸਲਾ ਦੇ ਮੁਖੀ ਟਵਿੱਟਰ ਦੇ ਨਵੇਂ ਸੀਈਓ ਐਲਨ ਮਸਕ ਨੇ ਇੱਕ ਅਨੋਖਾ ਰਿਕਾਰਡ ਕਾਇਮ ਕੀਤਾ ਅਸਲ ਵਿੱਚ ਅਮਰੀਕੀ ਅਰਬਪਤੀ ਐਲਨ ਮਸਕ ਦੇ ਨਾਮ ਸਭ ਤੋਂ ਘੱਟ ਸਮੇਂ ਵਿੱਚ ਪੈਸੇ ਕਮਾਉਣ ਮਗਰੋਂ ਉਹਨਾਂ ਨੂੰ ਗਵਾਉਣ ਦਾ ਅਨੋਖਾ ਰਿਕਾਰਡ ਜੁੜ ਗਿਆ ਹੈ ਐਲਨ ਮਸਕ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ ਜਿਸ ਨੇ 200 ਬਿਲੀਅਨ ਡਾਲਰ ਦੀ ਦੌਲਤ ਗਵਾ ਦਤੀ ਹੈ ਪਿਛਲੇ 1 ਸਾਲ ਤੋਂ ਮਸਕ ਦੀ ਦੌਲਤ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਤੇ ਦੁਨੀਆ ਦੇ ਨੰਬਰ 1 ਅਮੀਰ ਵਿਅਕਤੀ ਹੋਣ ਦਾ ਖਿਤਾਬ ਉਸ ਤੋਂ ਖੋਹ ਲਿਆ ਗਿਆ ਹੈ ਬਲੂਮਬਰਗ बिलनियर इंडेक्स ਅਨੁਸਾਰ ਮਸਕ ਦੀ ਜਾਇਦਾਦ ਘਟ ਕੇ 137 ਬਿਲੀਅਨ ਡਾਲਰ ਤੇ ਆ ਗਈ ਜੋ ਕਿ ਨਵੰਬਰ ਆ ਜੋ ਕਿ 4 ਨਵੰਬਰ 2021 ਨੂੰ 340 ਬਿਲੀਅਨ ਡਾਲਰ ਦੇ ਵਿਚ ਪਾਧਰ ਤੇ ਸੀ ਜਦੋਂ ਕਿ ਉਦੋਂ ਤੋਂ ਮਸਕ ਨੂੰ 200 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਲਤੀਫਪੁਰਾ ਮੜਵ ਸੇਵਾ ਕਮੇਟੀ ਵੱਲੋਂ ਧਾਰਨਾ ਖਤਮ ਕਰਦ ਕੀਤਾ ਇਹ ਵੱਡਾ ਐਲਾਨ ਜ਼ਿਲ੍ਹੇ ਦੇ ਲਤੀਫਪੁਰ ਵਿੱਚ ਇੰਪਰੂਵਮੈਂਟ ਟਰਸਟ ਵੱਲੋਂ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ ਵਿੱਚ ਅੱਜ ਪੀੜਤ ਲੋਕਾਂ ਨੇ ਇਨਸਾਫ ਦੇ ਲਈ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਇਨਸਾਫ ਦੇ ਲਈ ਪੀੜਤ ਲੋਕਾਂ ਨੇ ਪੀਏਪ ਨੇੜੇ ਹਾਈਵੇ ਨੂੰ ਜਾਮ ਕਰ ਦਿੱਤਾ ਸੀ ਜਿਸ ਕਾਰਨ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਫਲਾਹਾਨ ਹੁਣ ਪੀੜਤਾਂ ਨੇ ਧਰਨਾ ਕਰਵ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਲਤੀਫਪੁਰ ਪੀੜਤਾ ਵੱਲੋਂ ਤਕਰੀਬਨ ਪੌਣੇ 3 ਘੰਟੇ ਤੋਂ ਪ੍ਰਦਰਸ਼ਨ ਕੀਤਾ ਗਿਆ ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਨਾਲ ਹੀ 16 ਜਨਵਰੀ ਨੂੰ ਮੋੜ ਤੋਂ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਨਾਲ ਹੀ ਲਤੀਫਪੁਰ ਮਰਦ ਸੇਵਕ ਕਮੇਟੀ ਵੱਲੋਂ ਇਹ ਵੀ ਐਲਾਨ ਕੀਤਾ ਕਿ ਧਰਨਾ ਪ੍ਰਦਰਸ਼ਨ ਦੌਰਾਨ ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਆਵਾਜਾਈ ਨੂੰ ਵੀ ਰੋਕਿਆ ਜਾਵੇਗਾ ਤੇ ਮੀਡੀਆ ਰਿਪੋਰਟਰ ਦੀ ਮੰਨਿਆਤਾ ਸਬੰਧੀ ਕਿ ਸਾਨਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਾਈਵੇ ਜਾਮ ਕਰਨ ਦਾ ਅਲਟੀਮੇਟ ਪਹਿਲਾਂ ਹੀ ਦਿੱਤਾ ਹੋਇਆ ਸੀ ਬਾਦਲਾ ਅਤੇ ਟੀਨਸਾ ਪਰਿਵਾਰ ਨੇ ਮਿਲੇ ਪੁਖਤ ਨਾਲ ਸੰਗਰੂਰ ਮੈਡੀਕਲ ਕਾਲਜ ਦੇ ਕੰਮ 'ਚ ਅੜਿੱਕਾ ਟਾਹਿਆ ਹੋਇਆ ਹੈ। ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਬਾਦਲਾ ਅਤੇ ਟੀਨਸਾ ਪਰਿਵਾਰ ਉੱਤੇ ਤਿੱਖਾ ਨਿਸ਼ਾਨਾ ਸਾਧਦੇ ਆਖਿਆ ਕਿ ਇਹਨਾਂ ਦੋਵਾਂ ਪਰਿਵਾਰਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਸੰਗਰੂਰ ਦੇ ਮੈਡੀਕਲ ਕਾਲਜ ਦੇ ਕੰਮ 'ਚ ਅੜਿੱਕਾ ਟਾਹਿਆ ਹੋਇਆ ਹੈ। ਅੱਜ ਇੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਕੋਝੇ ਹੱਤ ਕੰਨੇ ਅਪਣਾਉਣ ਵਾਲੇ ਇਹਨਾਂ ਦੋਵਾਂ ਪਰਿਵਾਰਾਂ ਦਾ ਲੋਕ ਵਿਰੋਧੀ ਜਿਹੜਾ ਬੇਨਕਾਬ ਹੋਇਆ ਕਿਉਂਕਿ ਪਰਿਵਾਰ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਇੱਥੇ ਬਣਨ ਵਾਲੇ ਮੈਡੀਕਲ ਕਾਲਜ ਨੂੰ ਬਿਹਤਰ ਇਲਾਜ ਅਤੇ ਸਿੱਖਿਆ ਮੁਹੱਈਆ ਹੋਵੇ ਜਿਸ ਕਰਕੇ ਇਲਾਕੇ ਵਿੱਚ ਇਸ ਵਕਾਰੀ ਪ੍ਰੋਜੈਕਟ ਦੇ ਰਾਹ ਵਿੱਚ ਅਰੇਕਾ ਟਰੌਲੇ ਮਿਲੀ ਭੁਗਤ ਦੀ ਨਾਲ ਸਾਜ਼ਿਸ਼ਾਂ ਰਚੀਆਂ ਗਈਆਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੰਗਰੂਰ ਨੇੜੇ ਸਤ ਬਾਬਾ ਅਤਰ ਸਿੰਘ ਮਸਤੂਆਣਾ ਜੀ ਦੀ ਯਾਦ ਵਿੱਚ ਉੱਚ ਦਰਜੇ ਦਾ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ 460 ਕਰੋੜ ਰੁਪਏ ਦੇ ਫੰਡ ਰੱਖਿਆ ਗਿਆ ਸੀਨ ਭਗਵਾਨ ਤਮਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਨ ਲਈ ਸੂਬਾ ਸਰਕਾਰ ਨੇ 460 ਕਰੋੜ ਰੁਪਏ ਵਿੱਚੋਂ ਬਹੁਤ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਨੇ ਕੇਂਦਰੀ ਕਰਮਚਾਰੀਆ ਲਈ ਨਵੇਂ ਸਾਲ 'ਚ ਆ ਗਈ ਖੁਸ਼ਖਬਰੀ 1000 ਰੁਪਏ ਤੋਂ ਡੀਏ ਵਿੱਚ ਹੋਵੇਗਾ ਇਹਨਾਂ ਵਾਅਦਾ ਅੱਜ ਦੀ ਲਾਸਟ ਖਬਰ ਹੈ ਜੀ ਕੇਂਦਰ ਸਰਕਾਰ ਦੇ 65 ਲੱਖ ਮਲਾਇਮਾਂ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਖੁਸ਼ਖਬਰੀ ਮਿਲੇਗੀ ਜੀहां ਇਹ ਖੁਸ਼ਖਬਰੀ ਡੀਏ ਵਾਧੇ ਦੀ ਰੂਪ ਵਿੱਚ ਹੋਵੇਗੀ ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਕੇਂਦਰੀ ਕਰਮਚਾਰੀ ਹੈ ਤਾਂ ਇਹ ਖਬਰ ਹੈ ਤੁਹਾਡੇ ਲਈ ਫਾਇਦੇਮੰਦ ਨਵੰਬਰ ਦੇ ਏ ਆਈ ਸੀ ਪੀ ਆਈ ਸੂਚਕਾਂਕ ਦੇ ਅੰਕੜੇ ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੇ 2022 ਚ ਦਸੰਬਰ ਮਹੀਨੇ ਦੇ ਸਿਰਫ ਅੰਕੜੇ ਆਉਣੇ ਬਾਕੀ ਨੇ ਪਰ ਜੁਲਾਈ ਤੋਂ ਨਵੰਬਰ ਤੱਕ ਦੇ ਅੰਕੜਿਆਂ ਦੇ ਆਧਾਰ ਤੇ ਸਪੱਸ਼ਟ ਹੋ ਗਿਆ ਕਿ ਕੇਂਦਰੀ ਕਰਮਚਾਰੀਆਂ ਨੂੰ ਅੱਗੇ ਕਿੰਨਾ ਡੀਏ ਵਾਧਾ ਮਿਲੇਗਾ ਨਵੰਬਰ ਦੇ ਆਕੜੇ ਕਿਰਤ ਮੰਤਰਾਲੇ ਨੇ ਕੱਤੀ ਦਸਤਾਬੰਦ ਜਾਰੀ ਕੀਤੇ ਨੇ 1 ਅਕਤੂਬਰ ਦੇ ਮੁਕਾਬਲੇ ਨਵੰਬਰ ਦੇ ਅੰਕੜਾ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਕਤੂਬਰ ਦਾ ਇਹ ਅੰਕੜਾ 1.2 ਅੰਕਦ ਨਾਲ ਵਾਧੇ ਨਾਲ 132.5 ਦੇ ਪੱਧਰ ਤੇ ਪਹੁੰਚ ਗਿਆ ਤੇ ਹੁਣ ਨਵੰਬਰ ਵਿੱਚ ਇਹ ਅੰਕੜਾ 132.5 ਹੈ ਕਿਰਤ ਮੰਤਰਾਲੇ ਵੱਲੋਂ ਜਾਰੀ ਅੰਕੜਾ ਤੋਂ ਸਪਸ਼ਟ ਹੈ ਕਿ ਇੱਕ ਜੜਵੀ ਤੋਂ ਮੁਲਾਜ਼ਮਾਂ ਦੇ ਡੀਏ ਵਿੱਚ 4% ਦਾ ਵਾਧਾ ਹੋਵੇਗਾ ਹਾਲਾਂਕਿ ਸਰਕਾਰ ਵੱਲੋਂ ਇਸ ਵਾਧੇ ਦਾ ਐਲਾਨ ਮਾਰਚ ਵਿੱਚ ਕੀਤਾ ਜਾਵੇਗਾ ਆ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨਾਂ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਾਣਕਾਰੀ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਰਸਤੇਦਾਰਾਂ ਤੱਕ ਸ਼ੇਅਰ ਜੁੜਕਾਰਾ ਤੇ ਦੋਸਤੋ ਅਸੀਂ ਮਿਲਦੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ